ਅਸਸਲਾਮੁਅਲੈਕਮ ਮੇਰੇ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਘਰ ਦੇ ਅੰਦਰ ਜਿਹੜੀਆਂ ਬਿਜਲੀ ਦੇ ਉੱਤੇ ਚੱਲਣ ਵਾਲੀਆਂ ਸ਼ਾਵਾਂ ਵਾ ਕਿੰਨਾ-ਕਿੰਨਾ ਕਰੰਟ ਪੀਂਦੀਆਂ ਤੇ ਉਹ ਕਿੰਨੀ ਦੇਰ ਚੱਲਣ ਤੇ ਫਿਰ ਇੱਕ ਯੂਨਟ ਤੁਹਾਡਾ ਬਾਲ ਲੇਨੀ ਹੈ ਵਾਟ ਇਸ ਦੀ ਲਿਸਟ ਜਿਹੜੀ ਨਾ ਤੁਹਾਨੂੰ ਮੈਂ ਬਾਅਦ ਵਿੱਚ ਡਿਟੇਲ ਦੇ ਨਾਲ ਦੱਸਾਂਗਾ ਕਿ ਕਿਹੜੀ-ਕਿਹੜੀ ਸ਼ੈਅ ਕਿੰਨਾ-ਕਿੰਨਾ ਕਰੰਟ ਪੀਂਦੀ ਐਂਡ ਉਹਦੇ ਉੱਤੇ ਤੁਹਾਨੂੰ ਫਿਰ ਮੈਂ ਨਾ ਜਿਹੜਾ ਇਨਵਰਟਰ ਇਹ ਸੀ ਇਹਦੇ ਡਰਾਮੇ ਦੇ ਬਾਰੇ ਵਿੱਚ ਵੀ ਦੱਸਾਂਗਾ ਕਿ ਇਹ ਕਿਸ ਤਰ੍ਹਾਂ ਕਰੰਟ ਪੀਂਦਾ ਇਹ ਬੜੀ ਵੱਡੀ ਫਿਲਮ ਆ ਤੁਹਾਡੇ ਨਾਲ ਜਿਹੜੀ ਕਰਾਉਂਦਾ ਸਭ ਤੋਂ ਪਹਿਲੇ ਮੈਂ ਦੱਸਣਾ ਜਾਊਂਗਾ ਕੁਝ ਡਿਵਾਈਸੇਸ ਐਸੀਆਂ ਨਹੀਂ ਕਿ ਜਿਹੜੀਆਂ ਤੁਹਾਡੇ ਨਾਲ ਬਦਮਾਸ਼ੀ ਕਰਦੀਆਂ ਆਪਣਾ ਰੋਬ ਤਬ ਤਬੇ ਦੇ ਨਾਲ ਕਰੰਟ ਖਿੱਚਦੀਆਂ ਤੇ ਕੁਝ ਡਿਵਾਈਸੇਸ ਐਸੀਆਂ ਨੇ ਕਿ ਜਿਹੜੀਆਂ ਕਰੰਟ ਥੋੜਾ ਜਿਹਾ ਘੱਟ ਹੀ ਲੈਂਦੀਆਂ ਲੇਕਿਨ ਜਦੋਂ ਲੰਮੇ ਅਸੇ ਤੱਕ ਚੱਲਦੀਆਂ ਨਾ 10 10 12 12 ਘੰਟੇ ਤੇ ਫੇਰ ਉਹ ਬਿਜਲੀ ਦੇ ਤਾਂ ਚੰਗਾ ਭਲਾ ਠੀਕ ਠਾਕ ਅਸਰ ਪਾਉਂਦੀਆਂ ਤੇ ਕੁਝ ਡਿਵਾਈਸੇਸ ਐਸੀਆਂ ਵਾਂ ਕਿ ਜਿਹੜੀਆਂ ਘਰ ਦੇ ਵਿੱਚ ਨਸ਼ਈ ਦੀ ਤਰ੍ਹਾਂ ਰਹਿੰਦੀਆਂ ਕਿ ਪਈਆਂ ਵੀ ਰਹਿਣੀਆਂ ਵਾ ਥੋੜਾ ਥੋੜਾ ਇਨਪੁਟ ਜਿਹੜੀ ਨਾ ਕਰੰਟ ਲਈ ਹੋਈ ਜਾਣੀਆਂ ਉਹ ਨਹੀਂ ਇਹਨਾਂ ਨੁਕਸ ਜਿਹੜੀਆਂ ਬਦਮਾਸ਼ੀ ਵਾਲੀਆਂ ਡਿਵਾਈਸਾਂ ਉਹਨਾਂ ਦੇ ਵਿੱਚ ਤੁਹਾਡੀ ਇਸਤਰੀਆ ਹੁੰਦੀ ਆ ਤੁਹਾਡੇ ਲਾਲ ਪੰਪ ਆਉਂਦਾ ਮਾਈਕ੍ਰੋਵੇਵ ਓਵਨ ਆਉਂਦੇ ਨੇ ਤੇ ਤੁਹਾਡੀ ਯੂਪੀਐਸ ਹੁੰਦੇ ਨੇ ਜਦੋਂ ਉਹ ਚਾਰਜਿੰਗ ਵਾਲ ਦੇ ਵਿੱਚ ਮੌਜੂਦ ਹੁੰਦੇ ਨੇ ਫਿਰ ਨਾਨ ਇਨਵਰਟਰ ਏਸੀ ਆਉਂਦੇ ਨੇ ਕਿ ਜਿਹੜੇ ਠੀਕ ਠਾਕ ਬਿਜਲੀ ਖਿੱਚਦੇ ਨੇ ਉਸ ਤੋਂ ਬਾਅਦ ਦੇ ਵਿੱਚ ਕੁਝ ਡਿਵਾਈਸਾਂ ਐਸੀਆਂ ਜਿਹੜੀਆਂ ਲੰਬੇ ਅਰਸੇ ਤੱਕ ਚੱਲਦੀਆਂ ਜਿਸ ਤਰ੍ਹਾਂ ਪੱਖੇ ਹੋ ਤਾਂ ਤੁਹਾਡੇ 24 24 ਘੰਟੇ ਵੀ ਚੱਲਦੇ ਨੇ ਤੇ ਕੁਝ ਡਿਵਾਈਸਾਂ ਐਸੀਆਂ ਜਿਹੜੀਆਂ 6 6 7 7 ਘੰਟੇ ਲਗਾਤਾਰ ਚੱਲਦੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਤੁਹਾਡੇ ਵਾਸ਼ਿੰਗ ਮਸ਼ੀਨ ਹੋਵੇ ਤੁਹਾਡੇ ਟੀਵੀ ਹੋਵੇ ਕੰਪਿਊਟਰਸ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਲੰਬੇ ਟਾਈਮ ਤੱਕ ਚੱਲਦੀਆਂ 100 150 150 ਵਾਟ ਇਹਨਾਂ ਦਾ ਲੋਡ ਹੁੰਦਾ ਇਹ ਵੀ ਠੀ ਤੇ ਕੁਛ ਡਿਵਾਈਸਾਂ ਅਸੀਂ ਹੁੰਦੀਆਂ ਨੇ ਕਿ ਜਿਹੜੀਆਂ ਤੀਸਰੇ ਦਰਜੇ ਦਾ ਜਿਹੜੀਆਂ ਨਸ਼ਈਆਂ ਤਰ੍ਹਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਪਈਆਂ ਰਹਿਣੀਆਂ ਆਂ ਵੇਲੇ ਲੇਕਿਨ ਫਿਰ ਵੀ ਥੋੜਾ ਬਹੁਤਾ ਕਰੰਟ ਖਿੱਚਦੀਆਂ ਰਹਿਨੀਆਂ ਜਿਸ ਤਰ੍ਹਾਂ ਤੁਹਾਡੇ ਵੋਲਟੇਜ ਅਡਾਪਟਰ ਚਾਰਜਰਸ ਵਗੈਰਾ ਨੇ ਫਿਰ ਤੁਹਾਡੇ ਲੈਪਟਾਪਸ ਨੇ ਆਫ ਆਲ ਦੇ ਵਿੱਚ ਐਲਸੀਡੀਆਂ ਜਦੋਂ ਤੁਸੀਂ ਰਾਤ ਨੂੰ ਟੀਵੀ ਦੇ ਨਾਲ ਬੰਦ ਕਰਕੇ ਤਾਂ ਸੌ ਜਾਂਦੇ ਹੋ ਤੇ ਹੁਣ ਤੁਹਾਨੂੰ ਦੱਸਦੇ ਨੇ ਦੋਸਤੋ ਕਿ ਕਿਹੜੀ ਕਿਹੜੀ ਸ਼ੈਅ ਕਿੰਨਾ ਕਿੰਨਾ ਕਰੰਟ ਪੀਂਦੀ ਆ ਆ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਸਾਰਾ ਕੁਝ ਆ ਰਿਹਾ ਵਾ ਤੇ ਤੁਹਾਨੂੰ ਮੈਂ ਵਾਰੀ ਵਾਰੀ ਦੱਸਦਾ ਜਿਹੜਾ ਰੈਫਰਿਜ ਵਡੀਆਂ ਜਣੀਆਂ 500 ਵਾਟ ਤੱਕ ਵੀ ਚੱਲ ਜਾਂਦੀਆਂ 5 ਘੰਟੇ ਚੱਲੇ ਤੇ ਇੱਕ ਯੂਨਟ ਬਾਲਦੀਆਂ ਜਿਹੜਾ ਡਰਾਇਰ ਆ ਤੁਹਾਡਾ ਜਿਹੜਾ ਵਾਲਾਂ ਨੂੰ ਸੁਕਾਉਂਦਾ 2000 ਵਾਟ ਤੱਕ ਹੁੰਦਾ ਵਾ ਇਹ ਅੱਧੇ ਘੰਟੇ ਦੇ ਵਿੱਚ ਤੁਹਾਡਾ ਯੂਨਟ ਬਾਲ ਦਿੰਦੀਆਂ ਐਲ ਸੀ ਡੀ 20 ਵਾਟ ਦੀ 32 ਇੰਚ ਦੀ ਇਹ 50 ਘੰਟੇ ਚੱਲੇ ਇੱਕ ਯੂਨਟ ਬਾਲੇਗੀ ਓਵਨ 70 ਵਾਟ ਤੋਂ ਲੈ ਕੇ 1500 ਵਾਟ ਤੱਕ ਹੁੰਦਾ ਡੇਢ ਕ ਘੰਟਾ ਚੱਲੇ ਤੇ ਇੱਕ ਯੂਨਟ ਬਾਲੇਗਾ ਟੀਵੀ ਜਿਹੜਾ ਪੁਰਾਣੇ ਹੁੰਦੇ ਸੀਗੇ ਟੀਵੀ ਇਹੋਨਾਂ ਦੀ ਗੱਲ ਕਰ ਰਹੇ 100 ਵਾਟ ਦਾ ਹੁੰਦਾ ਇਹ 10 ਘੰਟੇ ਚੱਲੇ ਇੱਕ ਯੂਨਟ ਬਾਲੇਗਾ ਕੰਪ 20 واٹ ਦਾ ਹੁੰਦਾ 50 ਘੰਟੇ ਚੱਲੇ ਇੱਕ ਯੂਨਿਟ ਬਾਲੇਗਾ ਪ੍ਰਿੰਟਰ 600 واਟ ਦਾ ਹੁੰਦਾ ਜਿਹੜੇ ਨਾਰਮਲ ਛੋਟੇ ਸਾਈਜ਼ ਦੇ ਪ੍ਰਿੰਟਰ ਹੁੰਦੇ ਲੇਜ਼ਰ ਜੈਟ ਟਾਈਪ ਦੇ ਇਹ ਤਕਰੀਬਨ 1.76 ਘੰਟੇ ਚੱਲੇ ਤੇ ਫਿਰ ਉਹ ਯੂਨਿਟ ਬਾਲੇਗਾ ਯਾਨੀ ਪੌਣੇ 2 ਘੰਟੇ ਤਕਰੀਬਨ ਫੋਨ ਚਾਰਜਰ ਜਿਹੜਾ 5 واਟ ਦਾ ਹੋਏਗਾ 200 ਘੰਟੇ ਚੱਲੇ ਤੇ ਫਿਰ ਯੂਨਿਟ ਬਾਲੇਗਾ ਇਹ ਉਹੀ ਨਸ਼ਈ ਵਾਲਾ ਸਾਹਬ ਜਿਸ ਤਰ੍ਹਾਂ ਉਹ ਦੱਸਿਆ ਸੀ ਬਸ ਲੰਮੇ ਲੇਟ ਪੈਣਾ ਤੇ ਸੀਲਿੰਗ ਫੈਨ ਜਿਹੜੇ 100 واਟ ਦਾ ਹੁੰਦਾ 10 ਘੰਟੇ ਚੱਲੇ ਇੱਕ ਯੂਨਿਟ ਬਾਲੇਗਾ ਫ੍ਰੈਡਿਸਟਲ ਫੈਨ ਜਿਹੜੇ ਫ ਇੱਕ ਘੰਟਾ ਚ ਲੈ ਕੇ ਯੂਨਟ ਬਾਲੇਗੀ ਚਾਪਕਾਉਣ ਵਾਲੀ ਕੈਟਲੀ 1000 ਵਾਟ ਇੱਕ ਘੰਟਾ ਚ ਚੱਲੇਗੀ ਇੱਕ ਯੂਨਟ ਬਾਲੇਗੀ ਟੋਸਟਰ ਜਿਹੜਾ 900 ਵਾਟ ਦਾ ਵਾ ਇਹ ਤਕਰੀਬਨ 1.7 11 ਘੰਟੇ ਚੱਲੇਗਾ ਤੇ ਇੱਕ ਯੂਨਟ ਬਾਲੇਗਾ LED ਬਲਬ ਜਿਹੜੇ 7-8 ਵਾਟ ਤੋਂ ਲੈ ਕੇ ਘਰ ਦੇ ਅੰਦਰ ਕੋਈ 40 ਤੋਂ 50 ਵਾਟ ਤੱਕ ਚੱਲਦੇ ਨੇ ਜਿਹੜਾ 7 ਵਾਟ ਦਾ ਵਾ ਉਹ ਅਗਰ 140 ਘੰਟੇ ਚੱਲੇ ਤੇ ਫਿਰ ਉਹ ਯੂਨਟ ਬਾਲੇਗਾ ਜਿਹੜਾ ਲਾਲ ਪੰਪਾ ਪਾਣੀ ਖਿੱਚਣ ਵਾਲਾ ਬਦਮਾਸ਼ ਇਹ ਸਾਡਾ 1850 ਵਾਟ ਦਾ ਵਾ 1 ਘੰਟਾ ਚੱਲੇ ਤੇ 1.85 ਯੂਨਟ ਨੇ ਬਾਲ ਦੇਣੇ ਏਸੀ ਤੁਹਾਡਾ ਜਿਹੜਾ ਛੋਟਾ ਵਾ 1 ਟਨ ਦਾ ਉਹ 1540 ਵਾਟ ਦਾ ਜਿਹੜਾ 1.5 ਟਨ ਦਾ ਵਾ ਉਹ 2200 ਵਾਟ ਦਾ ਤੇ ਜਿਹੜਾ 2 ਟਨ ਦਾ ਵਾ ਉਹ 2860 ਵਾਟ ਦਾ ਲਿਸਟ ਤੇ ਤੁਸੀਂ ਸਾਰਿਆਂ ਨੇ ਦੇਖ ਲਈ ਹੁਣ ਤੁਹਾਨੂੰ ਦੱਸ ਦੇਵਾਂਗੇ ਏਸੀ ਤੁਹਾਡਾ ਨਾ ਡਰਾਮਾ ਕਿਸਾ ਕਰਦਾ ਅੰਤੋਂ ਪਹਿਲੇ ਮੈਂ ਤੁਹਾਨੂੰ ਨਾ ਸਾਦਾ ਏਸੀ ਦੀ ਦੱਸਦਾ ਕਿ ਸਾਦਾ ਏਸੀ ਕਿਸ ਰਕਮ ਕਰ ਰਿਹਾ 1.5 ਟਨ ਦਾ ਸਾਦਾ ਏਸੀ 10 ਐਂਪੀਅਰ ਕਰੰਟ ਖਿੱਚਦਾ ਜਦੋਂ ਉਹਨੇ ਚੱਲਣਾ ਵਾ ਤੁਸੀਂ ਚਲਾ ਦੇਣਾ ਉਹਨੇ 10 ਐਂਪੀਅਰ ਕਰੰਟ ਖਿੱਚਣਾ ਸ਼ੁਰੂ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਕਮਰੇ ਦਾ ਟੈਂਪਰੇਚਰ ਰੱਖਿਆ 25 ਜਦੋਂ 25 ਡਿਗਰੀ ਸੈਂ ਉਸ ਤੋਂ ਬਾਅਦ ਦੇ ਵਿੱਚ ਉਹਨੇ ਕਰੰਟ ਜਿਹੜਾ ਨਾ ਬਿਲਕੁਲ ਤਕਰੀਬਨ ਨਾ ਹੁੰਦੇ ਬਰਾਬਰ ਉਹਦੇ ਬਲੋਰ ਦਾ ਜਿਹੜਾ ਕਰੰਟ ਹੁੰਦਾ ਨਾ ਐਵੇਂ ਕੋਈ 20 30 ਵਾਟ ਇੰਨਾ ਕੁ ਬਸ ਉੱਥੇ ਆ ਜਾਣਾ ਕੰਪਰੈਸਰ ਉਹਦਾ ਆਫ ਹੋ ਜਾਏਗਾ ਜਦੋਂ ਟੈਂਪਰੇਚਰ ਥੋੜਾ ਜਿਹਾ ਰਾਈਜ਼ ਹੋਇਆ 26 26.5 ਤੱਕ ਦੁਬਾਰਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨੇ ਫਿਰ 10 ਕਰੰਟ 10 ਐਂਪੀਅਰ ਕਰੰਟ ਖਿੱਚਣਾ ਸ਼ੁਰੂ ਕਰ ਦੇਗਾ 10 ਐਂਪੀਅਰ ਕਰੰਟ ਦਾ ਮਤਲਬ ਹੈ 220 ਨਾਲ ਜ਼ਰਬ ਦੋ ਤੁਸੀਂ ਉਹਨੂੰ ਤਕਰੀਬਨ 2200 ਵਾਟ ਬਣਦੇ ਨੇ ਨਾ ਯਾਨੀ ਉਹ ਇਸ ਵੇਰੀਏਸ਼ਨ ਦੇ ਦਰਮਿਆਨ ਜੁਕਮਦਾ ਰਹਿੰਦਾ 10 ਐਂਪੀ 0 एंपियर ਤੋਂ 10 एंपियर 0 एंपियर ਆ ਜੋ ਇਨਵਰਟਰ ਏਸੀ ਦੀ ਤਰਫ ਕੇ ਇਨਵਰਟਰ ਏਸੀ ਕਿਸ ਤਰ੍ਹਾਂ ਡਰਾਮੇ ਕਰਦਾ ਇਨਵਰਟਰ ਏਸੀ ਭਾਈ ਜੀ ਜਦੋਂ ਤੁਸੀਂ ਇਹਨੂੰ ਆਨ ਕਰਦੇ ਹੋ ਨਾ ਡੇਟਾਂ ਦੇ ਇਨਵਰਟਰ ਦੇ ਏਸੀ ਦੀ ਮੈਂ ਗੱਲ ਕਰ ਰਿਹਾ ਇਹਨੇ ਡਾਇਰੈਕਟ ਜਾਣਾ 10 एंपियर ਤੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਹਾਡਾ ਟੈਂਪਰੇਚਰ ਪੂਰਾ ਨਹੀਂ ਹੁੰਦਾ ਤੇ ਜਦੋਂ ਇਹ ਟੈਂਪਰੇਚਰ ਪੂਰਾ ਹੋਣ ਦੇ ਤਕਰੀਬਨ ਤਕਰੀਬਨ ਨਜ਼ਦੀਕ ਤੇ ਆ ਗਿਆ ਮੈਂ 26 ਕੇ ਨੇੜੇ ਫਿਰ ਇਹਨੇ एंपियर ਘਟਾਉਣਾ ਸ਼ੁਰੂ ਕਰਦਨੇ ਘਟਾਉਂਦਾ 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 10 ਤੋਂ ਘਟਾ ਕੇ 10 9 8 7 ਕਰਦੇ ਕਰਦੇ 3 ਦੇ ਉੱਤੇ ਤਕਰੀਬਨ ਆ ਜਾਨੇ ਨੇ ਫਿਰ ਇਹਨੇ ਤਕਰੀਬਨ 2 ਦੇ ਨਜ਼ਦੀਕ ਆ ਕੇ ਨਾ ਕਨਸਟੈਂਟ ਹੋ ਜਾਣਾ ਉੱਥੇ ਫਿਰ ਇਹਨੇ ਹਲਕੀ ਹਲਕੀ ਧੀਮੀ ਧੀਮੀ ਜਿਹੜਾ ਨਾ ਜਿਸ ਤਰ੍ਹਾਂ ਕਿੰਨੇ ਟਬਲਾ ਵਜਾਉਂਦੇ ਰਹਿਣਾ ਇਹਨੇ 쿨ਿੰਗ ਕਰ ਦੇਣਾ ਟੈਂਪਰੇਚਰ ਜੂਹ ਹੀ ਥੋੜਾ ਜਿਹਾ ਰਾਈਜ਼ ਹੋਇਆ 26 ਤੇ ਪਹੁੰਚਿਆ ਇਹਨੇ ਥੋੜਾ ਜਿਹਾ ਤਾਂ ਨੂੰ ਹੋ ਜਾਣਾ ਇਹਨੇ 3 ਤੇ ਪਹੁੰਚ ਜਾਏਗਾ 3 2 2.5 ਇੱਥੇ ਹੀ ਇਹਨੇ ਨਾ ਗੇੜੇ ਕੱਢੀ ਆਉਣੇ ਮੁਸਲਸਲ ਫਿਰ ਇਹ ਨਹੀਂ ਚੱਲਣਾ ਜਿੰਨੀ ਦੇਰ ਤੱਕ ਤੁਸੀਂ ਨੂੰ ਮਰਜ਼ੀ ਚਲਾਈਓ ਫਿਰ ਭਾਵੇਂ ਤੁਸੀਂ ਇਹਨੂੰ 20 ਘੰਟੇ ਚਲਾਓ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈ ਲੇਕਿਨ ਜਿੰਨੀ ਦੇਰ ਤੱਕ ਟੈਂਪਰੇਚਰ ਪੂਰਾ ਤੇ ਹੁਣ ਕਮਰੇ ਦਾ ਤੁਹਾਡਾ ਜਿਹੜਾ ਸਾਈਜ਼ ਆ ਉਹ ਬੜਾ ਫਿਰ ਇਸ ਚੀਜ਼ ਤੇ ਮੈਟਰ ਕਰ ਰਿਹਾ ਕਿ ਕਮਰੇ ਦਾ ਸਾਈਜ਼ ਕਿਤਨਾ بڑا ਆ ਅਗਰ ਕਮਰੇ ਦਾ ਸਾਈਜ਼ بڑا ਹੋ ਤਾਂ ਫਿਰ ਇੰਨੇ ਜ਼ਾਰੀਗਾ ਲਾ ਕੇ ਟੈਂਪਰੇਚਰ ਪੂਰਾ ਕਰਨ ਲੱਗਿਆਂ ਕਿ ਟਾਈਮ ਲਾਏਗਾ ਤੇ ਆ ਇੱਕ ਛੋਟੀ ਜੀ ਲੌਜੀਕ ਇੱਕਾ ਛੋਟੀ ਜੀ ਸਾਇੰਸ ਹੈ ਜਿਹੜੀ ਏਸੀ ਨੂੰ ਚਲਾਉਣ ਲੱਗਿਆਂ ਤੁਹਾਡੇ ذہن ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਵੀਡੀਓ ਅਗਰ ਤੁਹਾਨੂੰ ਅੱਜ ਦੀ ਮੇਰੀ ਪਸੰਦ ਆਈ ਹੈ ਅੱਜ ਦੀ ਕੋਸ਼ਿਸ਼ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਇੱਕ ਛੋਟਾ ਜਿਹਾ ਤੁਹਾਡੀ ਤਰਫੋਂ ਇਨਾਮ ਆ ਇਸ ਨਾ ਚੀਜ਼ ਵਾਸਤੇ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਤੁਹਾਨੂੰ ਬਹੁਤ ਸਾਰਾ ਖਿਆਲ ਰੱਖਣਾ ਅਲਾ ਹਫਜ਼